हाँ जी, वाहिगुरू जी का खालसा, वाहिगुरू जी की फतेह। देखो जी, ढिड बंदे का की कार्य कराउंदा। साडियां बेचारे जिहड़े आ रेहड़ी ते आउंदे ने, इह लोक अपनी किरत वास्ते एक जगह तों दूजे जगह जांदे आ। आपां इहनां तों पुछांगे वी इह कित्थे कित्थे जांदे आ। देखो बेचारी निक्की जी कुड़ी आ डॉग बैठा नाल। बीबी कित्थों आए हो? असीं इत्थे ते राजस्थान ते। राजस्थान दे हो? अच्छा, ते फिर तुसीं इदां कदों फिरदे रहिंदे हो? की करिए गो, साडे कोल प्लाट नहीं, जमीन नहीं, कुछ भी नहीं। अच्छा, कोई प्लाट कोई जमीन है नहीं? ना, कुछ नहीं है। अच्छा, हुण इक अज कित्थों आए हो? अज इत्थों आए, छपार तो। हुण अज केड़े पिंड जाना? हुण इत्थे जावांगे, कुप लै। देखो जी, छोटी जी बच्ची बेचारी और नाल ही इन्हां ने आह डॉग रिट्रीवर रख्या होया। इहने जी मेहनत करके बेचारे हुण इन्हां दे नाल ही बिस्तर ने, नाल ही मंजे ने, बढ़दे ने। और उत्थे जा के भी इन्हां नूं इह यकीन नहीं है भी इन्हां ने आपदे रोटी दा तां एक बखरा बंदोबस्त आ, एक जिहड़ा आ बलद ने इन्हां वास्ते भी इन्हां ने बेचारियां ने घा खोतना। और अज दे समें च जिहड़ियां सरकारां ने, इन्हां नूं भी इह चाहीदा भी जिहड़े इह बेचारे लोक ने, इन्हां नूं वधिया है ना किते ना किते सैट कीता जावे। भी तुसीं की कहना चाहुंदे हो? असीं तां कहना चाहुंदे साडे वर्गियां नूं जमीन मिल जावे, साडे जवाक पढ़ लिखे ले होए, कोई दिहाड़े दपाड़े मिल जावे, असीं चंगी रोटी खा लईए। कासे इधर करके रख, देख फड़ आहो तू भाई, मोटर पर कर दे तू। असीं तां कहना चाहुंदे, और मोटर फड़ा तू इधर आ। ਇਹ ਦੇਖ ਲਓ ਵਿਚਾਰੇ, ਇਹ ਬੰਦੇ ਹੁਣ ਇਹ ਰਾਜਸਥਾਨ ਤੋਂ ਆਏ ਹੋਏ ਨੇ, ਚਾਹੇ ਕੁਛ ਮਰਜ਼ੀ ਕਹਿ ਲਓ, ਜ਼ਿੰਦਗੀ ਨੂੰ ਧੱਕਾ ਦਿੰਦੇ ਨੇ। ਅੱਜ ਇੱਥੇ ਕੱਲ੍ਹ ਨੂੰ ਸਾਡੇ ਵਰਗੇ ਤੋਂ ਮਰ ਜਾਵੇ ਤਾਂ ਜਾ ਲੈ, ਕੋਈ ਪੁੱਛਦਾ ਵੀ ਨਹੀਂ, ਕੋਈ ਪੁੱਛਦਾ ਵੀ ਨਹੀਂ, ਕੋਈ ਵੀ ਨਹੀਂ ਪੁੱਛਦਾ, ਕੋਈ ਵੀ ਨਹੀਂ ਪੁੱਛਦਾ। ਗੁੱਡੀ ਟੂ ਪੁੱਤ ਪੜ੍ਹਦੀ ਆ? ਹਾਂ। ਨਹੀਂ ਪੜ੍ਹਦੀ? ਨਹੀਂ। ਲੈ ਦੇਖ ਲਓ, ਇੱਕ ਛੋਟੀ ਜਿਹੀ ਬੱਚੀ ਆ, ਸਾਡੇ ਜੇ ਆਪਦੇ ਬੱਚੇ ਹੋਣ ਤਾਂ ਅਸੀਂ ਉਹਨਾਂ ਨੂੰ ਪੜ੍ਹਾਉਂਦੇ ਆ। ਇੱਕ ਹੋਰ ਨਿੱਕੀ ਦੇਖ ਲਓ, ਲੈ। ਔਰ ਨਾਲ ਹੀ ਡੌਗ ਨੇ, ਔਰ ਇਹਨਾਂ ਦਾ ਕੋਈ ਫਿਊਚਰ ਯਾਰ, ਭਵਿੱਖ ਕੋਈ ਉਜਵਲ ਆ? ਮੈਨੂੰ ਤਾਂ ਲੱਗਦਾ ਨਹੀਂ ਵੀ ਆਉਣ ਵਾਲੇ ਸਮੇਂ 'ਚ ਇਹ ਵਿਚਾਰੇ ਆਪਣੇ ਬੱਚਿਆਂ ਵਾਸਤੇ ਕੁਛ ਕਰ ਸਕਣਗੇ। ਪੌਜ ਕਰ ਵੀਡੀਓ 'ਚ। ਸਤਿੰਦਰ ਸਰਤਾਜ ਦਾ ਜਿਹੜਾ ਉਹ ਗਾਣਾ ਜਿਹਾ ਕਹਿੰਦਾ, ਪਹਾੜਾਂ 'ਚ ਇੱਕ ਮੈਨੂੰ ਮਿਲੀ ਨਿੱਕੀ ਜਿਹੀ ਕੁੜੀ, ਉਹ ਵਿਚਾਰੀ ਇਹ ਕੁੜੀ ਆ ਜਿਹੜੀ ਇਹਨਾਂ ਦੇ ਨਾਲ ਆ, ਛੋਟੀ ਜਿਹੀ ਬੱਚੀ ਆ ਔਰ ਨਾਲ ਡੌਗ ਨੇ, ਔਰ ਇਹ ਆਪਣਾ ਸਮੇਂ ਨੂੰ ਧੱਕਾ ਦੇ ਰਹੇ ਨੇ। ਔਰ ਕਿੱਥੇ ਬਾਈ ਨੂੰ ਪੁੱਛਦੇ ਹਾਂ ਵੀ ਹੁਣ ਇਹਨਾਂ ਦਾ ਕੀ ਉਹ ਵਿਚਾਰ ਆ? ਦੇਖੋ ਬਲਦ ਵੀ ਨਾਲ, ਮਾੜਾ ਮੋਟਾ ਇਹ ਆਪਦੀ ਰੋਜ਼ੀ ਰੋਟੀ ਕਮਾਉਂਦੇ ਨਾਲ ਫਿਰ ਰਹੇ ਨੇ, ਨਾਲ ਹੀ ਬਈ। ਤੁਸੀਂ ਆਪਣੇ ਫੈਮਿਲੀ ਤੁਹਾਡੇ ਪਰਿਵਾਰ ਨੇ? ਅੱਛਾ, ਤੁਹਾਡੇ ਫਿਰ ਵਿਆਹ ਸਾਡੀ ਆਪਸ ਵਿੱਚ ਹੀ ਕਿਵੇਂ ਹੋ ਜਾਂਦੀ? ਇਕੱਠੇ ਗੱਡੇ ਡੇਰੇ ਡੇਰੂ ਹੋ ਗਏ। ਅੱਛਾ ਅੱਛਾ, ਇਹ ਹੁਣ ਤੁਹਾਡੇ ਇੱਕ ਪਰਿਵਾਰ ਹੀ ਹੈ ਸਾਰਾ? ਪਿੱਛੇ ਰਹਿ ਕੇ ਬਣਾ, ਥੋੜ੍ਹੀ ਦੂਰੋਂ ਚੰਗੀ ਤਰ੍ਹਾਂ ਬਣਾਈ। ਇੱਕ ਪਰਿਵਾਰ ਹੀ ਹੈ ਰੱਬ। ਅੱਛਾ, ਇਹ ਤੁਹਾਡੇ ਨਾਲ ਕੌਣ ਨੇ ਉਹ? ਇਹ ਜਮਾਈ ਹੈਗਾ ਮੇਰਾ। ਅੱਛਾ ਅੱਛਾ, ਵਾਹ ਜੀ ਵਾਹ। ਦੋ ਰੇੜੀਆਂ ਵੀ ਪਹਿਲਾਂ ਲੰਘੀਆਂ ਨੇ ਉਹ ਗਿਰੀਆਂ ਸੀ। ਅੱਛਾ, ਹੁਣ ਇਹ ਤੁਸੀਂ ਅੱਜ ਕੁੱਪ ਜਾ ਕੇ ਰਹੋਗੇ ਇੱਦਾਂ ਹੀ ਸਾਰੀ ਜ਼ਿੰਦਗੀ? ਤੁਹਾਨੂੰ ਕਿੰਨੇ ਸਾਲ ਹੋ ਗਏ ਇੱਧਰ ਫਿਰਦਿਆਂ ਨੂੰ? ਸਾਨੂੰ ਤਾਂ ਸਾਡੇ ਬੂਟੇ ਪਿੱਡੀਆਂ ਦੀ ਪਿੱਡੀਆਂ ਲੱਗ ਗਈਆਂ। ਅੱਛਾ, ਫਿਰ ਰਾਜਸਥਾਨ ਕਿਉਂ ਨਹੀਂ ਜਾਂਦੇ? ਰਾਜਸਥਾਨ ਤੇ ਚਿਤੌੜਗੜ ਤਾਲਾ ਲੱਗਿਆ ਪਿਆ, ਹੁੰਦਾ ਨਹੀਂ ਕੁਝ ਵੀ, ਭੁੱਖੇ ਮਰਦੇ ਆ ਉੱਥੇ, ਨੇਮ ਕਰਕੇ ਨਿਕਲੇ ਹੋਏ ਆ। ਅੱਛਾ, ਉਹੀ ਜਿਹੜਾ ਪਹਿਲਾਂ ਰਾਜਾ ਹਾਰ ਗਿਆ ਸੀ ਮਹਾਰਾਣਾ ਪ੍ਰਤਾਪ ਵੇਲੇ? ਮਹਾਰਾਣਾ ਪ੍ਰਤਾਪ ਸੀ ਨਹੀਂ ਜਿਹੜਾ, ਹਾਂ, ਉਸ ਨੇ ਬਚਨ ਕਰਕੇ ਨਿਕਲਿਆ ਸੀ। ਉਹ ਜਦੋਂ ਉਹਦਾ ਉਹ ਨਿਕਲਿਆ ਸੀ ਉੱਥੇ ਜਾਂਦੇ ਸੀ, ਜਾਂਦੇ ਨਹੀਂ, ਜਾਂਦੇ ਨਹੀਂ। ਲੈ ਦੇਖ ਲਓ ਜੀ, ਇਹ ਵਿਚਾਰੇ, ਇਹਨਾਂ ਨੂੰ ਆਪਾਂ ਗੱਡੀਆਂ ਵਾਲੇ ਵੀ ਕਹਿ ਦਿੰਦੇ ਹਾਂ ਨਾ ਪਿੰਡਾਂ 'ਚ। ਇਹ ਭਾਈ ਉਹ ਨੇ ਜਿਹੜੇ ਸਮੇਂ ਨੂੰ ਧੱਕੇ ਦਿੰਦੇ ਫਿਰ ਰਹੇ ਨੇ, ਪਰ ਫਿਰ ਵੀ ਅਸੀਂ ਗੌਰਮੈਂਟਾਂ ਨੂੰ ਜਾਂ ਪਰਿਵਾਰਾਂ ਨੂੰ ਇਹੀ ਦੁਆ ਕਰਦੇ ਹਾਂ ਯਾਰ, ਇਹ ਲੋਕ ਨੇ ਅਸਲੀ ਜਿਹੜੀ ਮਿਹਨਤ ਕਰਦੇ ਆ, ਨਾ ਇਹਨਾਂ ਦਾ ਕੋਈ ਪੜ੍ਹਾਈ ਆ ਨਾ ਫਿਊਚਰ ਆ ਵਿਚਾਰਿਆਂ ਦਾ। ਉਹ ਨਿੱਕੀਆਂ ਨਿੱਕੀਆਂ ਬੱਚੀਆਂ ਜਿਹਨੇ ਪੜ੍ਹਨ ਖੇਡਣ ਮੱਲਣ ਦੀ ਉਮਰ ਆ, ਪੜ੍ਹਾਈ ਦੀ ਉਮਰ ਆ, ਉਹ ਵਿਚਾਰੀਆਂ ਇੱਦਾਂ ਕੰਮ ਕਰਦੇ, ਇੱਦਾਂ ਹੀ ਵਿਆਹੀਆਂ ਜਾਂਦੀਆਂ, ਫਿਰ ਬੱਚਿਆਂ ਵਾਲੇ ਫਿਰ ਇੱਦਾਂ ਹੀ ਜ਼ਿੰਦਗੀ ਕੱਢਦੇ ਨੇ। ਇਹ ਮੇਰਾ ਮਨ 'ਚ ਸੀ ਵੀਡੀਓ ਬਣਾਉਣ ਦੀ, ਕਿਉਂਕਿ ਮੈਂ ਹਰਵਿੰਦਰ ਸਿੰਘ ਫੌਜੀ ਬਾਈ ਇਹ ਪਹਿਲਾਂ ਲੰਘ ਰਹੇ ਸੀ, ਉਦੋਂ ਮੇਰੇ ਮਨ 'ਚ ਆਇਆ ਸੀ ਬਾਈਆਂ ਦੀ ਵੀਡੀਓ ਬਣਾਈਏ। ਧੰਨਵਾਦ ਭਾਈ, ਚਲੋ ਹੁਣ ਵੀਰੇ, ਮੈਂ ਮੇਰੇ ਮਨ 'ਚ ਆਇਆ ਸੀ ਮੈਂ ਬਾਈਆਂ ਨੂੰ ਵੀਡੀਓ ਬਣਾਉਣੀ ਆ। ਕੀ ਨਾਂ ਕੀ ਤੇਰਾ? ਮੇਰਾ ਨਾਮ ਵਿਸ਼ਾਲ ਹੈ। ਵਿਸ਼ਾਲ, ਲਓ ਜੀ, ਇਹ ਚਿਤੌੜਗੜ੍ਹ ਤੋਂ ਆਏ ਹੋਏ ਨੇ ਬਾਈ ਸਾਰੇ, ਔਰ ਇੱਦਾਂ ਵੀਡੀਓ ਬਣਾਉਣੀ ਸੀ, ਬਹੁਤ ਵਧੀਆ ਲੱਗਿਆ ਬੀਬੀ। ਇੱਕ ਵਾਰ ਹੁਣ ਆਪਾਂ ਥੋੜ੍ਹਾ